بسم اللہ الرحمن الرحیم. السلام علیکم ورحمۃ اللہ وبرکاتہ. جی ناظرین, اج دے ویلوگ دے وچ میں تانوں ملکہ ترنم نور جہاں دی زندگی دا ایک ایسا واقعہ جڑا انہاں نے اس وقت دے لاہور دے سب تو بڑے ڈان جگہ گجر دے نال ٹکر لئی, ਅਤੇ ਉਸ ਦੀ ਸਾਰੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ. ਲਓ ਜੀ, ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ. ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ. ਨਾਲ ਨਾਲ ਘੰਟੀ ਦੇ ਬਟਨ ਨੂੰ ਵੀ ਦੱਬ ਦਿਆ ਕਰੋ. ਜੱਗਾ ਗੁੱਜਰ ਇੱਕ ਬਹੁਤ ਬੜਾ ਲਾਹੌਰ ਦਾ ਬਦਮਾਸ਼ ਹੋਇਆ ਅਤੇ ਉਹਨੂੰ ਡੌਨ ਆਫ ਲਾਹੌਰ ਕਿਹਾ ਜਾਂਦਾ ਸੀ. ਉਦੋਂ ਜਨਰਲ ਅਯੂਬ ਖਾਨ ਸਾਹਿਬ ਦੀ ਹਕੂਮਤ ਸੀ. ਇਹ ਸੰਨ 1968 ਦਾ ਵਾਕਿਆ ਕਿ ਉਦੋਂ ਜਨਰਲ ਮੂਸਾ ਸਾਹਿਬ ਜਿਹੜੇ ਸੀ ਉਹ ਮਗਰਬੀ ਪਾਕਿਸਤਾਨ ਦੇ ਗਵਰਨਰ ਸੀ, ਅਤੇ ਕਿਉਂਕਿ ਪਾਕਿਸਤਾਨ ਔਰ ਬੰਗਲਾਦੇਸ਼ 1971 ਦੇ ਵਿੱਚ ਇਹ ਅਲੈਦਾ ਹੋਇਆ, ਅਤੇ ਉਸ ਵੇਲੇ ਮਗਰਬੀ ਪਾਕਿਸਤਾਨ ਦੇ ਵਿੱਚ ਜਨਰਲ ਮੂਸਾ ਜਿਹੜੇ ਸੀ ਗਵਰਨਰ ਸੀ ਮਗਰਬੀ ਪਾਕਿਸਤਾਨ ਦੇ. ਅਤੇ ਉਸ ਵੇਲੇ ਜਿਹੜਾ ਡੌਨ ਆਫ ਲਾਹੌਰ ਜਿਹਦਾ ਨਾਮ ਜੱਗਾ ਗੁੱਜਰ ਆ, ਤੁਹਾਨੂੰ ਅੱਜ ਮੈਂ ਪਹਿਲੀ ਦਫ਼ਾ ਤਾਰੀਖ ਦੇ ਵਿੱਚ ਦੱਸਣ ਲੱਗਾ. ਤੁਹਾਨੂੰ ਸ਼ਾਇਦ ਪਤਾ ਹੋਵੇ ਜਾਂ ਨਾ ਹੋਵੇ ਕਿ ਇਹਦੇ ਪਿੱਛੇ ਇੱਕ ਬਹੁਤ ਤਾਰੀਖ ਛੁਪੀ ਹੋਈ ਆ ਕਿ ਆ ਜਿਹੜਾ ਜੱਗਾ ਟੈਕਸ ਕਹਿੰਦੇ ਨੇ ਇਹ ਉਸੇ ਬੰਦੇ ਦੇ ਨਾਂ ਤੋਂ ਜਾਰੀ ਹੋਇਆ ਸੀ. ਉਸ ਨੇ ਜਾਰੀ ਕੀਤਾ ਸੀ ਜੱਗਾ ਟੈਕਸ. ਕਹਿੰਦੇ ਨੇ ਜੱਗਾ ਟੈਕਸ ਦੇ ਦਿਓ, ਫਿਰ ਜੱਗਾ ਟੈਕਸ ਦੇ ਨਾਂ ਤੋਂ ਬੜੀਆਂ ਫਿਲਮਾਂ ਵੀ ਫਿਲਮ ਇੰਡਸਟਰੀ ਦੇ ਵਿੱਚ ਬਣੀਆਂ, ਜਿਹਦੇ ਵਿੱਚ ਸੁਲਤਾਨ ਰਾਏ ਸਾਹਿਬ ਨੇ ਫਿਰ ਬੜਾ ਕਿਰਦਾਰ ਅਦਾ ਕੀਤਾ. ਵੈਸ਼ੀ ਗੁੱਜਰ, ਜੱਗਾ ਗੁੱਜਰ, ਇਸ ਤਰ੍ਹਾਂ ਦੀਆਂ ਬੜੀਆਂ ਫਿਲਮਾਂ ਵੀ ਫਿਰ ਬਣੀਆਂ. ਯਾਨੀ ਤੁਸੀਂ ਇਹ ਕਹਿ ਸਕਦੇ ਹੋ ਜੱਗਾ ਟੈਕਸ ਜਿਹੜਾ ਸਾਰੀ ਦੁਨੀਆ 'ਤੇ ਮਸ਼ਹੂਰ ਹੋ ਗਿਆ, ਨਾਮ ਇਹ ਉਸ ਬੰਦੇ ਦੀ ਵਜ੍ਹਾ ਨਾਲ ਹੋਇਆ ਸੀ. ਉਸ ਬੰਦੇ ਨੇ ਸਭ ਤੋਂ ਪਹਿਲਾਂ ਜੱਗਾ ਟੈਕਸ ਲੈਣਾ ਸ਼ੁਰੂ ਕੀਤਾ ਸੀ. ਉਹ ਲਾਹੌਰ ਦਾ ਬਹੁਤ ਵੱਡਾ ਬਦਮਾਸ਼ ਸੀ. ਇਸਲਾਮੀਆ ਪਾਰਕ ਦੇ ਵਿੱਚ ਰਹਿੰਦਾ ਸੀ. ਬੱਕਰ ਮੰਡੀ ਦੇ ਵਿੱਚੋਂ ਸਭ ਤੋਂ ਪਹਿਲਾਂ ਉਹਨੇ ਜੱਗਾ ਟੈਕਸ ਲੈਣਾ ਸ਼ੁਰੂ ਕਰਤਾ. ਉਸ ਦੌਰ ਦੇ ਵਿੱਚ ਦੱਸਦੇ ਨੇ ਕਿ ਜਦੋਂ ਕੋਈ ਵੀ ਖਰੀਦਦਾਰ ਕੋਈ ਬੱਕਰੀ ਖਰੀਦਦਾ ਸੀ ਉਹ 1 ਰੁਪਈਆ ਜੱਗਾ ਟੈਕਸ ਉਸ ਵੇਲੇ ਉਹ ਲੈਂਦਾ ਹੁੰਦਾ ਸੀ. ਉਸ ਦਾ ਨਾਮ ਮੁਹੰਮਦ ਸ਼ਰੀਫ ਸੀ ਅਤੇ ਉਹਨੇ ਇੱਕ ਬਹੁਤ ਬੜਾ ਆਪਣਾ ਗੈਂਗ ਬਣਾਇਆ ਹੋਇਆ ਸੀ. ਹੁਣ ਤੁਹਾਨੂੰ ਮੈਂ ਮਲਕਾ ਤਰਨਮ ਨੂਰ ਜਹਾਂ ਦੀ ਸਟੋਰੀ ਦੱਸਦਾ ਕਿ ਮਲਕਾ ਤਰਨਮ ਨੂਰ ਜਹਾਂ ਦੀ ਇੱਕ ਦੋਸਤ ਸੀ ਜਿਹੜੀ ਬਾਜ਼ਾਰੇ ਹੁਸਨ ਦੇ ਵਿੱਚ ਰਹਿੰਦੀ ਸੀ, ਤਵਾਇਫ ਸੀ, ਅਤੇ ਉਹਦੀ ਬੇਟੀ ਬਹੁਤ ਖੂਬਸੂਰਤ ਸੀ. ਅਤੇ ਜੱਗਾ ਗੁੱਜਰ ਜਿਹੜਾ ਇਹਦੇ ਬੰਦੇ ਜਿਹੜੇ ਸੀ ਨਾ ਉਹ ਬਾਜ਼ਾਰੇ ਹੁਸਨ ਦੇ ਵਿੱਚ ਜਾ ਕੇ ਉਸ ਤਵਾਇਫ ਦੇ ਘਰ ਜਾ ਕੇ ਉਸ ਦੀ ਬੇਟੀ ਨੂੰ ਨਚਾਉਂਦੇ ਹੁੰਦੇ ਸੀ, ਉਹਦਾ ਮੁਜਰਾ ਸੁਣਦੇ ਹੁੰਦੇ ਸੀ, ਉਹਦੇ ਗਾਣੇ ਸੁਣਦੇ ਹੁੰਦੇ ਸੀ, ਔਰ ਫਿਰ ਸ਼ਰਾਬ ਪੀ ਕੇ ਉੱਥੇ ਗੁੱਲ ਗੁਬਾੜਾ ਹਾ ਹਾ ਇਹ ਕਰਨਾ ਜਿਵੇਂ ਬੰਦੇ ਕਰਦੇ ਨੇ, ਔਂਗੀਆਂ ਬੌਂਗੀਆਂ ਮਾਰਨੀਆਂ ਸ਼ਰਾਬ ਪੀ ਕੇ. ਬੰਦਾ ਫਿਰ ਤੁਹਾਨੂੰ ਪਤਾ ਫਿਰ ਉਹ ਦਿਮਾਗ ਹੀ ਤਵਾਜ਼ਨ ਜਿਹੜਾ ਸੈਟ ਨਹੀਂ ਰਹਿੰਦਾ, ਬੰਦਾ ਆਪਣੇ ਆਪ ਨੂੰ ਕਾਬੂ ਨਹੀਂ ਪਾਉਂਦਾ, ਅਤੇ ਇਸ ਤਰ੍ਹਾਂ ਗੁੱਲ ਗੁਬਾੜਾ ਕਰਦੇ ਸੀ ਅਤੇ ਬੜਾ ਤੰਗ ਕਰਦੇ ਹੁੰਦੇ ਸੀ. ਲੇਕਿਨ ਉਹ ਜਿਹੜੀ ਔਰਤ ਸੀ ਉਹ ਬਾਹਰ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦੀ, ਕਿਉਂਕਿ ਡਾਊਨ ਆਫ
ਲਾਹੌਰ ਜਿਹੜਾ ਜੱਗਾ ਗੁੱਜਰ ਉਹਦਾ ਬੜਾ ਨਾਮ ਸੀ, ਉਹਦੀ ਦਹਿਸ਼ਤ ਸੀ ਲਾਹੌਰੀਆਂ ਵਾਸਤੇ ਇੱਕ ਦਹਿਸ਼ਤ ਦੀ ਅਲਾਮਤ ਸੀ, ਉਹਦੇ ਨਾਮ ਤੋਂ ਪੂਰਾ ਲਾਹੌਰ ਕੰਬਦਾ ਹੁੰਦਾ ਸੀ। ਇਸ ਵਾਸਤੇ ਉਹ ਵੀ ਨਾਮ ਨਹੀਂ ਸੀ ਲੈਣਾ ਚਾਹੁੰਦੀ, ਨਾ ਲੈਂਦੀ ਹੁੰਦੀ ਸੀ ਉਹਨੂੰ। ਉਹਨੇ ਬਲਕਿ ਜੱਗੇ ਗੁੱਜਰ ਦੇ ਜਿਹੜੇ ਬੰਦੇ ਸੀ ਨਾ, ਉਹ ਜਿਸ ਵੇਲੇ ਉੱਥੇ ਆਉਂਦੇ ਹੁੰਦੇ ਸੀ ਜੱਗਾ ਟੈਕਸ ਲੈਂਦੇ ਹੁੰਦੇ ਸੀ, ਅਤੇ ਨਾਲ ਉਹਨੂੰ ਡਰਾਉਂਦੇ ਵੀ ਹੁੰਦੇ ਸੀ ਕਿ ਅਗਰ ਤੂੰ ਕਿਤੇ ਕੋਈ ਕਿਸੇ ਕੋਲ ਨਾ ਲਿਆ ਨਾ ਤਾਂ ਤੈਨੂੰ ਅਸੀਂ ਜ਼ਿੰਦਾ ਜਲਾ ਦਿਆਂਗੇ, ਇੰਨਾ ਖੌਫ ਸੀ। ਅਤੇ ਇੱਕ ਦਿਨ ਇਸੇ ਤਰ੍ਹਾਂ ਮਲਕਾ ਤਰਨ ਮਨੂਰ ਜਹਾਂ ਨੂੰ ਉਹਦਾ ਪਤਾ ਲੱਗ ਜਾਂਦਾ ਕਿ ਉਹ ਜਿਹੜੀ ਮੇਰੀ ਦੋਸਤ ਆ, ਸਹੇਲੀ ਆ, ਬਾਜ਼ਾਰੇ ਹੁਸਨ 'ਚ ਰਹਿੰਦੀ ਆ, ਉਹਦੀ ਬੇਟੀ ਨੂੰ ਆ ਕੇ ਉਹ ਜੱਗਾ ਗੁੱਜਰ ਜਿਹੜਾ, ਬਲਕਿ ਉਹਦੇ ਬੰਦੇ ਜਿਹੜੇ ਕਰਿੰਦੇ ਨੇ ਆ ਕੇ ਮੁਖਤਲਿਫ ਤਰੀਕੇ ਨਾਲ ਤੰਗ ਕਰਦੇ ਨੇ, ਉੱਥੇ ਆ ਕੇ ਉਹਦੇ ਕੋਲੋਂ ਮੁਜਰਾ ਕਰਾਉਂਦੇ ਨੇ, ਗਾਣੇ ਸੁਣਦੇ ਨੇ ਔਰ ਫਿਰ ਗੁਲਗਬਾੜਾ ਕਰਦੇ ਨੇ। ਮਲਕਾ ਤਰਨਮ ਨੂਰ ਜਹਾਂ ਨੇ ਆਪਣੀ ਸਹੇਲੀ ਨੂੰ ਕਿਹਾ ਕਿ ਹੁਣ ਜਿੱਦਣ ਜੱਗਾ ਗੁੱਜਰ ਆਵੇ ਤੂੰ ਫੌਰਨ ਮੈਨੂੰ ਇਤਲਾਹ ਦੇਣੀ ਆ। ਅਤੇ ਇੱਕ ਦਿਨ ਅੱਲਾ ਦੀ ਕਰਨੀ ਐਸੀ ਹੋਈ ਕਿ ਮਲਕਾ ਤਰਨਮ ਨੂਰ ਜਹਾਂ ਸਟੂਡੀਓ ਤੋਂ ਸ਼ੂਟਿੰਗ ਕਰਕੇ ਬਾਹਰ ਨਿਕਲ ਰਹੀ ਸੀ ਕਿ ਮਲਕਾ ਤਰਨਮ ਨੂਰ ਜਹਾਂ ਨੂੰ ਪਤਾ ਲੱਗ ਗਿਆ ਕਿ ਅੱਜ ਉਹ ਬਾਜ਼ਾਰੇ ਹੁਸਨ ਦੇ ਵਿੱਚ ਜੱਗਾ ਗੁੱਜਰ ਦੇ ਬੰਦੇ ਆਏ ਹੋਏ ਨੇ ਔਰ ਉਹਨਾਂ ਨੇ ਉੱਥੇ ਮਹਿਫਲ ਜਮਾਈ ਹੋਈ ਆ ਔਰ ਮੁਜਰਾ ਕਰਾ ਰਹੇ ਨੇ ਔਰ ਗਾਣੇ ਸੁਣ ਰਹੇ ਨੇ, ਗੁਲਗਬਾੜਾ ਕਰ ਰਹੇ ਨੇ। ਮਲਕਾ ਤਰਨਮ ਨੂਰ ਜਹਾਂ ਨੇ ਆਪਣੀ ਗੱਡੀ ਖਿੱਚੀ, ਖਿੱਚ ਕੇ ਅਤੇ ਉੱਥੇ ਪਹੁੰਚ ਜਾਂਦੀ ਆ ਬਾਜ਼ਾਰੇ ਹੁਸਨ ਦੇ ਵਿੱਚ, ਉਸ ਤਵਾਇਫ ਦੇ ਕੋਠੇ 'ਤੇ ਜਿੱਥੇ ਮੁਜਰਾ ਹੋ ਰਿਹਾ ਹੁੰਦਾ। ਜਿਸ ਵੇਲੇ ਉੱਥੇ ਪਹੁੰਚਦੀ ਆ ਅਤੇ ਉਹ ਜਿਹੜੇ ਜੱਗੇ ਗੁੱਜਰ ਦੇ ਬੰਦੇ ਹੁੰਦੇ ਨੇ ਕਰਿੰਦੇ, ਉਹ ਜਿਹੜਾ ਬਹੁਤ ਇੱਕ ਬਹੁਤਾ ਕਰਿੰਦਾ ਹੁੰਦਾ, ਉਹ ਸ਼ਰਾਬ ਪੀਤੀ ਹੁੰਦੀ, ਲਲਕਰੇ ਮਾਰਦਾ, ਕਹਿੰਦਾ ਲਓ ਜੀ ਅੱਜ ਮਲਕਾ ਤਰਨ ਨੂਰ ਜਹਾਂ ਵੀ ਆ ਗਈ ਆ, ਜਿਹਦੇ ਅਸੀਂ ਗਾਣੇ ਸੁਣਦੇ ਹਾਂ ਔਰ ਜਿਹਦੇ ਗਾਣਿਆਂ ਦੇ ਉੱਤੇ ਮੁਜਰਾ ਹੁੰਦਾ, ਅੱਜ ਅਸੀਂ ਉਸ ਮਲਕਾ ਤਰਨਮ ਨੂਰ ਜਹਾਂ ਦੇ ਗਾਣੇ ਖੁਦ ਸੁਣਾਂਗੇ, ਉਹਦੇ ਮੂੰਹ ਤੋਂ ਸੁਣਾਂਗੇ। ਅਤੇ ਇਹ ਸਨ 68 ਦਾ ਵਾਕਿਆ, ਜਨਰਲ ਅਯੂਬ ਸਾਹਿਬ ਦੀ ਉਦੋਂ ਹਕੂਮਤ ਸੀ ਅਤੇ ਜਨਰਲ ਮੂਸਾ ਸਾਹਿਬ ਮਗਰਬੀ ਪਾਕਿਸਤਾਨ ਦੇ ਗਵਰਨਰ ਸੀ ਅਤੇ ਫੌਜ ਦੀ ਨਜ਼ਰ ਦੇ ਵਿੱਚ ਮਲਕਾ ਤਰਨਮ ਨੂਰ ਜਹਾਂ ਦੀ ਉਦੋਂ ਬਹੁਤ ਜ਼ਿਆਦਾ ਇੱਜ਼ਤ ਹੋ ਗਈ ਸੀ। ਮਲਕਾ ਤਰਨਮ ਨੂਰ ਜਹਾਂ ਦਾ ਇੱਕ ਮੁਕਾਮ ਸੀ, ਹਰ ਬੰਦਾ ਬੜੇ ਇੱਜ਼ਤ ਤੋਂ ਇਹਤਰਾਮ ਦੇ ਨਾਲ ਉਹਦਾ ਨਾਮ ਲੈਂਦਾ ਸੀ। ਅਤੇ ਜਿਸ ਵੇਲੇ ਉਸ ਬੰਦੇ ਨੇ ਇਹ ਲਫ਼ਜ਼ ਕਹਿ, ਮਲਕਾ ਤਰਨਮ ਨੂਰ ਜਹਾਂ ਉੱਥੇ ਪਹੁੰਚੀ ਅਤੇ ਉਹਨੇ ਨਾ ਕਿਹਾ ਕਿ ਹਾਂਜੀ ਕੀ ਮਸਲਾ, ਉਹਨੇ ਕਿਹਾ ਅੱਜ ਤੇਰੇ ਕੋਲੋਂ ਅਸੀਂ ਗਾਣੇ ਸੁਣਨੇ ਆ। ਮਲਕਾ ਤਰਨਮ ਨੂਰ ਜਹਾਂ ਨੇ ਖਿੱਚ ਕੇ ਉਹਦੇ ਮੂੰਹ 'ਤੇ ਥੱਪੜ ਮਾਰਿਆ, ਜਿਸ ਵੇਲੇ ਥੱਪੜ ਮਾਰਿਆ ਉਹ ਹੱਕਾ ਬੱਕਾ ਰਹਿ ਗਿਆ, ਸ਼ਰਾਬ ਪੀਤੀ ਹੋਈ ਸੀ ਅਤੇ ਲੋਕ ਜਿਹੜੇ ਸੀ ਨਾ ਉੱਥੇ ਡਰ ਗਏ ਸਾਰੇ। ਉਹਨਾਂ ਨੇ ਕਿਹਾ ਲੈ ਵੀ ਹੁਣ ਇੱਥੇ ਨਾ ਬੜਾ ਖੂਨ ਖਰਾਬਾ ਹੋਏਗਾ, ਫਾਇਰਿੰਗ ਹੋਏਗੀ, ਉਹਨਾਂ ਦੇ ਬੰਦੇ ਆਉਣਗੇ, ਇੱਥੇ ਬੜਾ ਮਸਲਾ ਬਣੇਗਾ। ਅਤੇ ਮਲਕਾ ਤਰਨਮ ਨੂਰ ਜਹਾਂ ਨੇ ਥੱਪੜ ਤਾਂ ਮਾਰਤਾ, ਲੇਕਿਨ ਫਿਰ ਬਾਅਦ ਦੇ ਵਿੱਚ ਉਹ ਜਿਸ ਵੇਲੇ ਥੱਪੜ ਮਾਰਿਆ ਉਹ ਖਾਮੋਸ਼ ਹੋ ਗਿਆ, ਮੌਤ ਦੀ ਝੱਗ ਵਗੋਂ ਬਹਿ ਗਿਆ, ਜਿਸ ਤਰ੍ਹਾਂ ਝੱਗ ਬਹਿ ਜਾਂਦੀ ਆ। ਉਹਨੇ ਬਿਲਕੁਲ ਕੋਈ ਗੱਲ ਨਹੀਂ ਕੀਤੀ ਅਤੇ ਉਸ ਤੋਂ ਬਾਅਦ ਫਿਰ ਬਾਜ਼ਾਰੇ ਹੁਸਨ ਜਿਹੜਾ ਸੀ ਉਹ ਬੰਦ ਹੋ ਗਿਆ, ਡਰ ਖੌਫ ਦੇ ਨਾਲ ਕਿ ਹੁਣ ਜੱਗਾ ਗੁੱਜਰ ਦੇ ਬੰਦੇ ਜਿਹੜੇ ਇੱਥੇ ਆਉਣਗੇ, ਆ ਕੇ ਫਾਇਰਿੰਗ ਕਰਨਗੇ, ਹੱਲਾ ਗੱਲਾ ਹੋਏਗਾ। ਅਤੇ ਲੇਕਿਨ ਮਲਕਾ ਤਰਨਮ ਨੂਰ ਜਹਾਂ ਉੱਥੋਂ ਫਿਰ ਚਲੀਆਂ ਗਈਆਂ, ਉਹ ਵੀ ਉੱਥੋਂ ਨਿਕਲ ਗਏ ਅਤੇ ਲੇਕਿਨ ਕੋਈ ਕੁਛ ਨਹੀਂ ਹੋਇਆ। ਲੇਕਿਨ ਬਾਜ਼ਾਰੇ ਹੁਸਨ ਜਿਹੜਾ 2-3 ਦਿਨ ਬੰਦ ਰਿਹਾ ਇਸ ਖੌਫ ਤੋਂ ਕਿ ਹੋ ਸਕਦਾ ਜੱਗੇ ਗੁੱਜਰ ਦੇ ਬੰਦੇ ਇੱਥੇ ਆਉਣ, ਗੁਲਗਬਾੜਾ ਕਰਨ, ਫਾਇਰਿੰਗ ਕਰਨ। ਫਿਰ ਇੱਕ ਦਫ਼ਾ ਇਸ ਤਰ੍ਹਾਂ ਹੋਇਆ ਕਿ ਕੁਛ ਦਿਨ ਬਾਅਦ ਇੱਕ ਗਵਰਨਰ ਹਾਊਸ ਦੇ ਵਿੱਚ ਕੋਈ ਫੰਕਸ਼ਨ ਸੀ, ਮਲਕਾ ਤਰਨਮ ਨੂਰ ਜਹਾਂ ਜਨਰਲ ਮੂਸਾ
ਜਿਹੜੇ ਗਵਰਨਰ ਪੰਜਾਬ ਸੀ ਮਗਰਬੀ ਪਾਕਿਸਤਾਨ ਦੇ ਉਹਨਾਂ ਕੋਲ ਜਾਂਦੀਆਂ ਨੇ ਉੱਥੇ ਗਵਰਨਰ ਹਾਊਸ ਦੇ ਵਿੱਚ। ਜਨਰਲ ਮੂਸਾ ਤੱਕ ਵੀ ਇਹ ਖਬਰ ਜਿਹੜੀ ਪਹੁੰਚ ਗਈ ਸੀ। ਉਹਨਾਂ ਨੇ ਮਲਕਾ ਤਰਨਮ ਨੂਰਜਾਨ ਨੂੰ ਦੱਸਿਆ ਕਿ ਇਹ ਜਿਹੜੀ ਤੁਹਾਡਾ ਲੜਾਈ ਝਗੜਾ ਹੋਇਆ ਇਹ ਖਬਰ ਸਾਡੇ ਤੱਕ ਵੀ ਪਹੁੰਚ ਗਈ ਆ, ਔਰ ਸਾਨੂੰ ਇੱਥੋਂ ਤੱਕ ਇਤਲਾਹ ਕਿ ਉਹ ਜਗ੍ਹਾ ਗੁਜਰ ਜਿਹੜਾ ਉਹ ਤੁਹਾਡੇ 'ਤੇ ਹਮਲਾ ਕਰੇਗਾ ਔਰ ਤੁਹਾਨੂੰ ਮਾਰ ਵੀ ਸਕਦਾ, ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ। ਅਗਰ ਤੁਸੀਂ ਕਹੋ ਤਾਂ ਮੈਂ ਤੁਹਾਡੇ ਵਾਸਤੇ ਕੋਈ ਇੱਕ ਫੌਜੀ ਦਸਤਾ ਅਰੇਂਜ ਕਰਦੇ ਹਾਂ ਔਰ ਤੁਹਾਡੇ ਘਰ ਦੇ ਅੱਗੇ ਪੁਲਿਸ ਦਾ ਕੋਈ ਪਹਿਰਾ ਲਵਾ ਦੇ ਹਾਂ ਤਾਂ ਕਿ ਉੱਥੇ ਤੁਹਾਡੀ ਨਿਗਰਾਨੀ ਕਾਰਨ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ। ਮਲਕਾ ਤਰਨਮ ਨੂਰਜਾਂ ਨੇ ਕਿਹਾ ਕਿ ਮੈਂ ਇਸ ਦੁਨੀਆਵੀ ਖੁਦਾਵਾਂ ਕੋਲੋਂ ਜਿਹੜੇ ਜ਼ਮੀਨ 'ਤੇ ਖੁਦਾ ਨੇ ਉਹਨਾਂ ਕੋਲੋਂ ਨਹੀਂ ਡਰਦੀ, ਮੈਂ ਸਿਰਫ ਅਸਮਾਨ ਵਾਲੇ ਅਸਲ ਹਕੀਕੀ ਖੁਦਾ ਕੋਲੋਂ ਡਰਦੀ ਹਾਂ ਜਿਹਦੇ ਕੋਲ ਮੇਰੀ ਜਾਨ ਦੀ ਰੂਹ ਦੀ ਕਬਜ਼ ਕਰਨੇ ਦਾ ਅਖਤਿਆਰ ਆ, ਤਾਂ ਮੈਂ ਉਸੇ ਅੱਲਾ ਕੋਲੋਂ ਡਰਦੀ ਹਾਂ, ਮੈਂ ਇਹਨਾਂ ਕੋਲੋਂ ਨਹੀਂ ਡਰਦੀ ਹੈਗੀ। ਅਤੇ ਇਸ ਤਰ੍ਹਾਂ ਫਿਰ ਮਲਕਾ ਤਰਨਮ ਨੂਰਜਹਾਂ ਨੇ ਇਨਕਾਰੀ ਕਰ ਦਿੱਤੀ ਸੀ ਉਸ ਫੌਜੀ ਦਸਤਾ ਨੂੰ ਲੈਣ ਦੀ, ਤਾਂ ਕਿ ਜਿਹੜੇ ਮੇਰੀ ਹਿਫਾਜ਼ਤ ਕਰ ਸਕੇ। ਇਸ ਤਰ੍ਹਾਂ ਉਹਨਾਂ ਦੀ ਇਹ ਦਲੇਰੀ ਦਾ ਵਾਕਿਆ ਸੀ ਤਾਰੀਖ ਦੇ ਵਿੱਚ, ਬਹੁਤ ਬੜਾ ਵਾਕਿਆ, ਔਰ ਮੈਂ ਇਹ ਤੁਹਾਡੇ ਅੱਗੇ ਜਿਹੜਾ ਬਿਆਨ ਕੀਤਾ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਵੇਗਾ। ਜਾਂਦੇ ਜਾਂਦੇ ਕੋਈ ਅੱਛਾ ਜਿਹਾ ਕਮੈਂਟਸ ਵੀ ਕਰ ਦੇਣਾ ਬੜੀ ਮਿਹਰਬਾਨੀ। ਸ਼ੁਕਰੀਆ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ।